ਸਾਰੇ ਬਾਜ਼ਾਰ ਬੰਦ ਹੈ ਜੀ ਜੀ, ਮਾਰਕੀਟ ਹੁਣ ਟੋਟਲ ਬੰਦ ਹੈ। ਮੈਂ ਅਤੇ ਡਿਪਟੀ ਕਮਿਸ਼ਨਰ ਸਾਹਿਬ ਅਤੇ ਕਮਿਸ਼ਨਰ ਮੈਡਮ ਅਤੇ ਬਾਕੀ ਸਾਡੇ ਸਾਰੇ ਅਫਸਰ ਨੇ ਜਾ ਕੇ ਆਪ ਖੁਦ ਸਵੇਰ ਤੋਂ ਲੱਗੇ ਹੋਏ ਆ, ਉਹਨਾਂ ਨੂੰ ਘੁੰਮਿਆ। ਸ਼ੁਰੂ ਦੇ ਵਿੱਚ ਹਜੇ ਲੋਕ ਜੱਗੋ ਤੱਕੀ ਦੇ ਵਿੱਚ ਵੀ, ਕੋਈ ਕਹਿੰਦਾ ਵੀ ਖੋਲ ਲਈਏ, ਕੋਈ ਕਹਿੰਦਾ ਅੱਧੀ ਖੋਲ ਲਈਏ, ਉਹ ਕਨਫਿਊਜ਼ਨ ਸੀ। ਪਰ ਇਹਨਾਂ ਨੂੰ ਕਿਹਾ, ਸਭ ਨੂੰ ਐਜੂਕੇਟ ਵੀ ਕੀਤਾ ਅਤੇ ਉਸ ਗੱਲ ਨੂੰ ਲਾਗੂ ਵੀ ਕਰਾਇਆ। ਹੁਣ ਇਸ ਟਾਈਮ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਲਗਭਗ ਸਾਰੀਆਂ ਜਿਹੜੇ ਦੁਕਾਨਾਂ ਬੰਦ ਆ, ਸਿਰਫ ਮੈਡੀਕਲ ਵਾਲੀਆਂ ਹਾਫ ਖੁੱਲੀਆਂ ਅਤੇ ਬਾਕੀ ਅੱਗੇ ਜੋ ਜੋ ਗਵਰਨਮੈਂਟ ਵੱਲੋਂ ਡਾਇਰੈਕਸ਼ਨ ਆਉਣੀ ਹੈ, ਕਿਉਂਕਿ ਇਹਦੀਆਂ ਡਾਇਰੈਕਸ਼ਨ ਲੋਕਾਂ ਦੇ ਸਿਹਤ ਨਾਲ ਜੁੜੀਆਂ ਵੀ ਡਾਇਰੈਕਸ਼ਨਸ ਹੈ। ਮੈਨੂੰ ਲੱਗਦਾ ਵੀ ਅਸੀਂ ਜੇ ਸਰਕਾਰ ਵੱਲੋਂ ਹੁਕਮ ਹੁੰਦਾ, ਉਹਦੀ ਬਜਾਏ ਪਹਿਲਾਂ ਹੀ ਆਪਾਂ ਨੂੰ ਤਿਆਰੀ ਕਰਕੇ ਇਸ ਢੰਗ ਨਾਲ ਕਰਨਾ ਚਾਹੀਦਾ ਵੀ ਅਸੀਂ ਬੇਵਜ੍ਹਾ। ਹੁਣ ਅੱਜ ਅਸੀਂ ਬਹੁਤ ਸਾਰੇ ਲੋਕਾਂ ਨੂੰ ਸਮਝਾਇਆ ਕਿ ਜਿਵੇਂ ਪੇਰੈਂਟਸ ਹੈ ਛੋਟੇ ਬੱਚੇ ਨੂੰ ਨਾਲ ਲੈ ਕੇ ਘੁੰਮ ਰਹੇ ਆ ਵੀ ਮੈਂ ਦਵਾਈ ਲੈਣ ਆ ਰਿਹਾ ਜਾਂ ਹੋਰ ਆ ਰਿਹਾ, ਇਸ ਢੰਗ ਦੀਆਂ ਚੀਜ਼ਾਂ ਤੋਂ ਇਹਨਾਂ ਨੂੰ ਅਵੋਇਡ ਕਰਨ ਲਈ ਐਜੂਕੇਟ ਕੀਤਾ। ਈਵਨ ਅਸੀਂ ਜਿਹੜੇ ਕੱਲ੍ਹ ਜਿਹੜਾ 5 ਵਜੇ ਉਹਨਾਂ ਨੇ ਘੁੰਮ ਕੇ ਜਿਹੜਾ ਉਹਨੂੰ ਭਾਂਡੇ ਖੜਕਾਏ ਸੀ, ਉਹਦੇ ਵਿੱਚ 11 ਜਣੇ ਅਸੀਂ ਅਰੈਸਟ ਕਰ ਲਏ ਹੈ। ਪਰ ਇੱਕ ਮੈਂ ਤੁਹਾਡੇ ਰਾਹੀਂ ਇਹ ਸੁਨੇਹਾ ਵੀ ਦੇਣਾ ਚਾਹੂੰਗਾ, ਕਈਆਂ ਲਈ ਇਹ ਮਜ਼ਾਕ ਹੋ ਸਕਦਾ ਪਰਚਾ ਦਰਜ ਕਰਨਾ। ਅਗਰ ਪਰਚਾ ਦਰਜ ਹੁੰਦਾ ਤੁਹਾਡੀ ਪਾਸਪੋਰਟ ਵੇਰੀਫਿਕੇਸ਼ਨ ਨਹੀਂ ਹੁੰਦੀ ਗੀ, ਤੁਹਾਡੀਆਂ ਹੋਰ ਕੋਈ ਵੇਰੀਫਿਕੇਸ਼ਨ ਨਹੀਂ ਹੁੰਦੀਆਂ ਗੀਆਂ, ਤੁਸੀਂ ਕੋਈ ਗਵਰਨਮੈਂਟ ਜੋਬ ਲੈਣੀ ਹੈ ਤਾਂ ਉਹਦੇ ਵਿੱਚ ਦਿੱਕਤ ਆਉਂਦੀ ਹੈ। ਇਸ ਕਰਕੇ ਜਿਹੜਾ ਅਸੀਂ ਪਰਚੇ ਨੂੰ ਅਸੀਂ ਸੋਚਦੇ, ਪਰਚਾ ਪੁਲਿਸ ਵੱਲੋਂ ਦਰਜ ਕਰਨਾ ਕੋਈ ਸ਼ੌਂਕ ਨਹੀਂ ਗਾ, ਪਰ ਕਿਉਂਕਿ ਲੋਕਾਂ ਨਾਲ ਸਿਹਤ ਨਾਲ ਜੁੜਿਆ ਮਾਮਲਾ ਹੈ ਅਤੇ ਮੈਨੂੰ ਲੱਗਦਾ ਵਾਰ ਵਾਰ ਜੇ ਸਮਝਾਉਣ ਦੇ ਬਾਵਜੂਦ, ਮੈਨੂੰ ਲੱਗਦਾ ਅੱਜ ਅਸੀਂ ਸਾਰੀ ਐਡਮਿਨਿਸਟ੍ਰੇਸ਼ਨ ਨੇ 8-9 ਕਿਲੋਮੀਟਰ ਹੋਣੀ ਹੈ ਜਿਹੜੀ ਸਾਰੀ ਤੁਰ ਕੇ ਹੀ ਸ਼ਹਿਰ ਦੇ ਵਿੱਚ ਪਟਿਆਲੇ ਦੇ ਵਿੱਚ ਕੀਤੀ ਹੈ। ਇਹ ਕਰਨ ਦਾ ਮਕਸਦ ਇਹ ਵੀ ਲੋਕਾਂ ਨੂੰ ਐਜੂਕੇਟ ਕਰ ਸਕੀਏ ਅਤੇ ਇਸ ਕਰਕੇ ਤੁਹਾਡੇ ਰਾਹੀਂ ਵੀ ਅਪੀਲ ਹੈ, ਕਾਈਂਡਲੀ ਆਪਦੀ ਸਿਹਤ ਦਾ ਧਿਆਨ ਰੱਖੋ, ਆਪਦੇ ਸਿਟੀ ਨੂੰ ਸੇਫ ਰੱਖੋ, ਇੱਕ ਜਿਹੜੀ ਹੈ ਡਿਸਟੈਂਸ ਮੇਨਟੇਨ ਕਰਕੇ ਰੱਖੋ ਅਤੇ ਐਡਮਿਨਿਸਟ੍ਰੇਸ਼ਨ ਦੀਆਂ ਜੋ ਹਦਾਇਤਾਂ ਆਉਂਦੀਆਂ ਉਹਨੂੰ ਵੀ ਧਿਆਨ 'ਚ ਰੱਖੋ। ਦੂਜੇ ਪਾਸੇ ਮੈਂ ਇਹ ਵੀ ਕਹੂੰਗਾ, ਜਿਹੜੀ ਕੋਈ ਜਿਹੜੀ ਹੋਰਡਿੰਗ ਵਾਲੀ ਗੱਲ ਹੈ ਜਾਂ ਜਿਵੇਂ ਮਾਸਕ ਹੈ ਜਾਂ ਹੋਰ ਹੈ, ਜਿਹੜੇ ਕੋਈ ਉਹ ਵੀ ਗੱਲ ਕਰ ਰਹੇ ਆ, ਉਹਨਾਂ ਨੂੰ ਵੀ ਇਸ ਗੱਲ ਦਾ ਜੇ ਸਾਡੇ ਕੋਲ ਇਹਦੇ ਇੱਕ ਅਥੈਂਟਿਕ ਆ ਗਿਆ ਤਾਂ ਉਹਦੇ 'ਤੇ ਅਸੀਂ ਪਰਚਾ ਵੀ ਦੇਵਾਂਗੇ ਅਤੇ ਉਹਨਾਂ ਦੇ ਲਾਇਸੈਂਸ ਵੀ ਕੈਂਸਲ ਕਰਾਂਗੇ।